ਦੋ ਸਕੇ ਭਰਾਵਾਂ ਦੀ ਲੜਾਈ ਨੇ ਢਹਾ ਦਿੱਤਾ ਸਾਰੇ ਦਾ ਸਾਰਾ ਪਿੰਡ। ਕਾਰਨ ਸੁਣ ਕੇ ਹੋ ਜਾਵੋਗੇ ਹੈਰਾਨ। ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼। ਅਕਸਰ ਹੀ ਹੁਣ ਤੱਕ ਤੁਸੀਂ ਕਿਸੇ ਦੀ ਲੜਾਈ ਵਿੱਚੋਂ ਕਿਸੇ ਦਾ ਫਾਇਦਾ ਹੁੰਦਾ ਤਾਂ ਸੁਣਿਆ ਜਾਂ ਦੇਖਿਆ ਹੋਵੇਗਾ, ਪਰ ਹੁਣ ਦੋ ਸਕੇ ਭਰਾਵਾਂ ਦੀ ਲੜਾਈ ਵਿੱਚ ਹੋਇਆ ਸਾਰੇ ਪਿੰਡ ਦਾ ਨੁਕਸਾਨ। ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਇੱਕ ਪਿੰਡ ਓੜਵਾੜਾ ਵਿੱਚ ਦੋ ਸਕੇ ਭਰਾਵਾਂ ਦਾ ਇੱਕ ਸਾਂਝਾ ਪਲਾਟ ਪਿਆ ਸੀ, ਜਿਸ ਉੱਪਰ ਕਬਜ਼ੇ ਨੂੰ ਲੈ ਕੇ ਦੋਵੇਂ ਭਰਾਵਾਂ ਵਿੱਚ ਲੜਾਈ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਪੈਸਾ ਵਧੀਆ ਹੋਣ ਕਰਕੇ ਦੋਵੇਂ ਭਰਾ ਮਾਮਲੇ ਨੂੰ ਕੋਰਟ ਵਿੱਚ ਲੈ ਗਏ। ਅਤੇ ਜਦੋਂ ਕੋਰਟ ਨੇ ਉਸ ਪਲਾਟ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਤਾਂ ਜਾਂਚ ਵਿੱਚ ਪਤਾ ਲੱਗਿਆ ਕਿ ਉਸ ਪਿੰਡ ਵਿੱਚ ਇਨ੍ਹਾਂ ਭਰਾਵਾਂ ਦੇ ਪਲਾਟ ਤੋਂ ਇਲਾਵਾ ਹੋਰ 450 ਘਰ ਔਰਨ ਦੀ ਜ਼ਮੀਨ ਵਿੱਚ ਬਣੇ ਹੋਏ ਹਨ, ਜਿਸ ਤੋਂ ਬਾਅਦ ਕੋਰਟ ਨੇ ਇਹ ਸਾਰੇ ਘਰ ਢਾਉਣ ਦੇ ਹੁਕਮ ਜਾਰੀ ਕਰ ਦਿੱਤੇ। ਦਰਅਸਲ ਜਿਸ ਤਰ੍ਹਾਂ ਪੰਜਾਬ ਵਿੱਚ ਪਿੰਡਾਂ ਦੀ ਸਾਂਝੀ ਸ਼ਾਮਲਾਟ ਹੁੰਦੀ ਹੈ, ਉਸੇ ਤਰ੍ਹਾਂ ਰਾਜਸਥਾਨ ਦੇ ਕਈ ਪਿੰਡਾਂ ਦੇ ਬਾਹਰ ਪਸ਼ੂ ਪੰਛੀਆਂ ਲਈ ਇੱਕ ਸਾਂਝੀ ਥਾਂ ਛੱਡ ਦਿੱਤੀ ਜਾਂਦੀ ਹੈ, ਜਿਸ ਨੂੰ ਔਰਨ ਦੀ ਜ਼ਮੀਨ ਕਿਹਾ ਜਾਂਦਾ ਹੈ, ਅਤੇ ਇਸ ਵਿੱਚ ਕਿਸੇ ਦੇਵੀ ਦੇਵਤੇ ਦੀ ਜਗ੍ਹਾ ਅਪਣਾ ਦਿੱਤੀ ਜਾਂਦੀ ਹੈ। ਅਤੇ ਔਰਨ ਦੀ ਜ਼ਮੀਨ ਨੂੰ ਲੈ ਕੇ ਰਾਜਸਥਾਨ ਵਿੱਚ ਕਾਨੂੰਨ ਇੰਨੇ ਜ਼ਿਆਦਾ ਸਖਤ ਹਨ ਕਿ ਕੋਰਟ ਤੋਂ ਬਿਨਾਂ ਇੱਥੋਂ ਕੋਈ ਪੱਤਾ ਵੀ ਨਹੀਂ ਚੁੱਕ ਸਕਦਾ। ਘਰ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ, ਪਰ ਇਹਨਾਂ ਦੋਨੇ ਭਰਾਵਾਂ ਅਤੇ ਹੋਰ 450 ਘਰਾਂ ਨੇ ਔਰਨ ਦੀ ਜ਼ਮੀਨ ਦੱਬੀ ਹੋਈ ਸੀ, ਜਿਸ ਕਰਕੇ ਅੱਧੇ ਤੋਂ ਵੱਧ ਪਿੰਡ ਢਹਿ ਢੇਰੀ ਹੋ ਗਿਆ। ਸੋ ਜੇਕਰ ਇਹ ਦੋਵੇਂ ਭਰਾ ਨਾ ਲੜਦੇ ਤਾਂ ਸ਼ਾਇਦ ਪਤਾ ਹੀ ਨਾ ਲੱਗਦਾ ਕਿ ਪਿੰਡ ਦੇ 450 ਘਰਾਂ ਨੇ ਸਾਂਝੀ ਜ਼ਮੀਨ ਦੱਬੀ ਹੋਈ ਹੈ। ਸੋ ਤੁਹਾਡੇ ਇਸ ਸਾਰੀ ਘਟਨਾ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।